ਅੱਜ ਤੁਹਾਨੂੰ ਸਿਖਾਊਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਇੱਕ ਨਵੇਂ ਤਰੀਕੇ ਨਾਲ ਨੂਡਲ ਕਿਸ ਤਰ੍ਹਾਂ ਬਣਾ ਸਕਦੇ ਹਾਂ। ਕਈਆਂ ਨੇ ਕਮੈਂਟ ਕੀਤਾ ਸੀ ਸਾਨੂੰ ਸੋਇਆ ਸੌਸ ਚੰਗੀ ਨਹੀਂ ਲੱਗਦੀ ਹੈਗੀ ਅਤੇ ਆਪਾਂ ਉਸ ਤੋਂ ਬਗੈਰ ਕਿਸ ਤਰ੍ਹਾਂ ਨੂਡਲ ਬਣਾ ਸਕਦੇ ਹਾਂ। ਅੱਜ ਮੈਂ ਬਗੈਰ ਸੋਇਆ ਸੌਸ ਤੋਂ ਇਹ ਨੂਡਲ ਬਣਾਏ ਨੇ, ਜੋ ਜੋ ਇਸ ਦੇ ਵਿੱਚ ਸਮਾਨ ਪਿਆ ਉਹ ਤੁਹਾਨੂੰ ਮੈਂ ਸਾਰਾ ਦੱਸੂੰਗਾ ਅਤੇ ਤੁਸੀਂ ਦੱਸਣਾ ਵੀ ਆਪਾਂ ਇਹਨਾਂ ਨੂਡਲਾਂ ਦਾ ਕੀ ਨੇਮ ਰੱਖੀਏ। ਚਲੋ ਜੀ ਕਰਦੇ ਹਾਂ ਸ਼ੁਰੂ ਫਿਰ ਆਪਾਂ ਆਪਣੇ ਘਰ ਦੇ ਵਿੱਚ ਨੂਡਲ ਕਿਸ ਤਰ੍ਹਾਂ ਬਣਾਵਾਂਗੇ। ਨਿਊਡਲ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਨਿਊਡਲ ਲਿੱਤੇ ਨੇ, ਗਰਮ ਮਸਾਲਾ, ਹਲਦੀ, ਅਦਰਕ ਲਸਣ ਦਾ ਮੈਂ ਪੇਸਟ ਬਣਾ ਲਿਆ, ਲੂਣ, ਕਰੀਮ, ਫਰੈਸ਼ ਕਰੀਮ ਜੋ ਆਪਣੇ ਦੁੱਧ ਭਰਾਉਂਦੀ ਉਹ ਕਰੀਮ ਲਿੱਤੀ ਹੈ। ਤੁਸੀਂ ਦੂਜੀ ਕਰੀਮ ਵੀ ਲੈ ਸਕਦੇ ਹੋ, ਜੋ ਆਪਣੇ ਬਾਜ਼ਾਰੋਂ ਮਿਲਦੀ ਉਹ ਕਰੀਮ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਜਾਂ ਫਿਰ ਜੋ ਦੁੱਧ ਭਰ ਕਰੀਮ ਆ ਜਾਂਦੀ ਹੈ ਤੁਸੀਂ ਉਹ ਵੀ ਲੈ ਸਕਦੇ। ਮੈਂ ਆਹ ਦੁੱਧ ਵਾਲੀ ਕਰੀਮ ਲਿੱਤੀ ਜੋ ਸਾਡੇ ਦੁੱਧ ਭਰਾਈ ਹੋਈ ਹੈ, ਠੀਕ ਹੈ ਜੀ। ਦੋ ਹਰੀਆਂ ਮਿਰਚਾਂ ਲੱਤੀਆਂ ਨੇ, ਇੱਕ ਟਮਾਟਰ ਲੱਤਾ, ਸ਼ਿਮਲਾ ਮਿਰਚ ਆ, ਪਿਆਜ਼ ਆ ਅਤੇ ਪੱਤਾ ਗੋਭੀ। ਆ ਤੁਸੀਂ ਦੇਖ ਸਕਦੇ ਹੋ ਜੋ ਜੋ ਸਮਾਨ ਮੈਂ ਲਿੱਤਾ। ਸਭ ਤੋਂ ਪਹਿਲਾਂ ਆਪਾਂ ਨੂਡਲਾਂ ਨੂੰ ਉਬਾਲਾਂਗੇ, ਠੀਕ ਹੈ ਜੀ। ਤੁਸੀਂ ਇੱਕ ਪਤੀਲਾ ਲੈ ਲੈਣਾ, ਪਤੀਲੇ 'ਚ ਪਾਣੀ ਪਾ ਲੈਣਾ, ਉਸ ਦੇ ਵਿੱਚ ਤੁਸੀਂ ਇੱਕ ਚਮਚਾ ਤੇਲ ਦਾ ਪਾਉਣਾ, ਕੋਈ ਵੀ ਤੇਲ ਤੁਸੀਂ ਯੂਜ਼ ਕਰ ਸਕਦੇ ਹੋ, ਵੈਜੀਟੇਬਲ ਆਇਲ, ਕੁਕਿੰਗ ਆਇਲ। ਫਿਰ ਤੁਸੀਂ ਅੱਧਾ ਕੁ ਚਮਚਾ ਇਸ ਦੇ ਵਿੱਚ ਲੂਣ ਦਾ ਪਾਉਣਾ। ਜਦੋਂ ਆਪਣਾ ਪਾਣੀ ਹਨ ਉਬਲਣਾ ਸ਼ੁਰੂ ਹੋ ਜਾਊਗਾ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਨਿਊਡਲ, ਠੀਕ ਹੈ। ਤੁਸੀਂ ਪਹਿਲਾਂ ਨਹੀਂ ਨਿਊਡਲ ਪਾਉਣਾ, ਜਦੋਂ ਇਸ ਪਾਣੀ ਨੂੰ ਉਬਾਲੀ ਜਾਣੀ ਸ਼ੁਰੂ ਹੋ ਜਾਊਗੀ ਨਾ ਫਿਰ ਆਪਾਂ ਇਸ ਦੇ ਵਿੱਚ ਨਿਊਡਲ ਪਾਵਾਂਗੇ। ਆ ਤੁਸੀਂ ਦੇਖ ਸਕਦੇ ਹੋ ਪਾਣੀ ਨੂੰ ਉਬਾਲੀ ਆ ਚੁੱਕੀ ਹੈ, ਹੁਣ ਆਪਾਂ ਇਸ ਦੇ ਵਿੱਚ ਨਿਊਡਲ ਪਾ ਦੇਵਾਂਗੇ। ਆ ਤੁਸੀਂ ਨਿਊਡਲ ਲੈਣਾ ਇਸ ਤਰ੍ਹਾਂ ਮਿਡਲ 'ਚ ਤੋੜ ਲੈਣਾ ਉਹਨਾਂ ਨੂੰ, ਠੀਕ ਹੈ, ਅਤੇ ਇਸ ਤਰ੍ਹਾਂ ਇਸ ਦੇ ਵਿੱਚ ਪਾਣੀ ਦੇ ਵਿੱਚ ਪਾ ਦੇਣਾ। ਇਸ ਤਰ੍ਹਾਂ ਤੁਸੀਂ ਨੂਡਲਾਂ ਨੂੰ ਪਾਣੀ ਦੇ ਵਿੱਚ ਪਾ ਕੇ ਤਕਰੀਬਨ ਤੁਸੀਂ 3 ਤੋਂ 4 ਮਿੰਟ ਉਬਾਲੀ ਦਿਵਾਉਣੀ ਪਾਣੀ ਦੇ ਵਿੱਚ ਇਸੇ ਤਰ੍ਹਾਂ। ਆ ਤੁਸੀਂ ਦੇਖ ਸਕਦੇ ਹੋ ਮੈਨੂੰ ਹੁਣ ਤਕਰੀਬਨ 3 ਤੋਂ 4 ਮਿੰਟ ਹੋ ਚੁੱਕੇ ਨੇ, ਠੀਕ ਹੈ ਜੀ। ਤੁਸੀਂ ਵੀ 3 ਤੋਂ 4 ਮਿੰਟ ਇਸ ਤਰ੍ਹਾਂ ਉਬਾਲੀ ਦਿਵਾਉਣੀ ਹੈ ਅਤੇ ਹੁਣ ਆਪਾਂ ਇਸ ਦੀ ਗੈਸ ਕਰ ਦੇਵਾਂਗੇ ਬੰਦ, ਠੀਕ ਹੈ ਜੀ। ਅਤੇ ਇੱਕ ਹੋਰ, ਹੁਣ ਆਪਾਂ ਇਹਨਾਂ ਦਾ ਸਾਰਾ ਪਾਣੀ ਕੱਢ ਦੇਵਾਂਗੇ ਬਾਹਰ ਅਤੇ ਇਸੀ ਦੇ ਵਿੱਚ ਹੀ ਠੰਡਾ ਪਾਣੀ ਪਾ ਕੇ ਰੱਖ ਦੇਵਾਂਗੇ। ਠੰਡਾ ਪਾਣੀ ਪਾਉਣ ਨਾਲ ਜੋ ਆਪਣੇ ਜਿਹੜੇ ਨਿਊਡਲ ਹੈ ਇਹ ਜੁੜਦੇ ਨਹੀਂ ਹੈ, ਜੇ ਤੁਸੀਂ ਪਾਣੀ ਕੱਢ ਕੇ ਇੱਦਾਂ ਹੀ ਬਾਹਰ ਰੱਖ ਦੂੰਗੇ ਇਹ ਥੋੜ੍ਹੇ ਜੁੜ ਜਾਣਗੇ। ਹੁਣ ਤੁਸੀਂ ਇਹ ਸਾਰਾ ਪਾਣੀ ਕੱਢ ਕੇ ਬਾਹਰ ਇਹਨਾਂ ਦਾ ਇਸ ਦੇ ਪਾਣੀ ਦੇ ਵਿੱਚ ਹੀ ਠੰਡਾ ਪਾਣੀ ਪਾ ਦੇਣਾ। ਤੁਸੀਂ ਦੇਖਿਆ ਮੈਂ ਸਾਰਾ ਪਾਣੀ ਕੱਢ ਕੇ ਇਸ ਦੇ ਵਿੱਚ ਠੰਡਾ ਪਾਣੀ ਪਾ ਕੇ ਰੱਖ ਲਿਆ, ਤੁਸੀਂ ਵੀ ਇਸੇ ਤਰ੍ਹਾਂ ਉਸ ਦੇ ਵਿੱਚ ਠੰਡਾ ਪਾਣੀ ਪਾ ਕੇ ਰੱਖ ਲੈਣਾ, ਠੀਕ ਹੈ ਜੀ। ਇਸ ਤਰ੍ਹਾਂ ਕਰਨ ਨਾਲ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਆਪਣੇ ਜਿਹੜੇ ਨੂਡਲ ਆ ਜੁੜਦੇ ਨਹੀਂ ਹੈ। ਉਸ ਤੋਂ ਬਾਅਦ ਆਪਾਂ ਪਿਆਜ਼, ਸ਼ਿਮਲਾ ਮਿਰਚ ਅਤੇ ਟਮਾਟਰ ਅਤੇ ਮਿਰਚਾਂ ਅਤੇ ਪੱਤਾ ਗੋਭੀ ਕੱਟ ਲਵਾਂਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਪਿਆਜ਼, ਉਹ ਤੁਹਾਨੂੰ ਮੈਂ ਦੱਸਦਾ ਆਪਣੇ ਕਿਸ ਤਰ੍ਹਾਂ ਲੰਬਾ ਲੰਬਾ ਜਿਹਾ ਕੱਟਣਾ। ਇਸ ਤਰ੍ਹਾਂ ਤੁਸੀਂ ਲੰਬਾ ਲੰਬਾ ਜਿਹਾ ਪਿਆਜ਼ ਕੱਟ ਲੈਣਾ। ਉਸ ਤੋਂ ਬਾਅਦ ਆਪਾਂ ਸ਼ਿਮਲਾ ਮਿਰਚ ਕੱਟ ਲਵਾਂਗੇ, ਵਿੱਚੋਂ ਸਾਫ ਕਰ ਲੈਣੀ ਹੈ, ਜੋ ਬੀਜ ਆ ਸਾਰੇ ਕੱਢਣੇ ਬਾਹਰ ਆਪਾਂ ਨੇ। ਫਿਰ ਆਪਾਂ ਹਰੀ ਮਿਰਚ ਕੱਟ ਲਵਾਂਗੇ। ਹਰੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ, ਜੇ ਤੁਸੀਂ ਜ਼ਿਆਦਾ ਤਿੱਖਾ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਸ ਦੇ ਵਿੱਚ ਜ਼ਿਆਦਾ ਵੀ ਹਰੀ ਮਿਰਚ ਪਾ ਸਕਦੇ ਆ। ਜੇ ਤੁਹਾਡੇ ਕੋਲ ਹਰੀ ਮਿਰਚ ਨਹੀਂ ਹੈਗੀ ਤੁਸੀਂ ਇਸ ਦੀ ਜਗ੍ਹਾ ਲਾਲ ਮਿਰਚ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਆਪਾਂ ਵੀ ਇਸ ਨੂੰ ਬਰੀਕ ਬਰੀਕ ਕੱਟ ਲਵਾਂਗੇ। ਉਸ ਤੋਂ ਬਾਅਦ ਆਪਾਂ ਟਮਾਟਰ ਕੱਟ ਲਵਾਂਗੇ, ਠੀਕ ਹੈ ਜੀ। ਇਸ ਨੂੰ ਵੀ ਆਪਾਂ ਨੇ ਬਰੀਕ ਬਰੀਕ ਜਿਹਾ ਕੱਟ ਲੈਣਾ, ਜੇ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ। ਸਾਈਜ਼ ਕੱਟਿਆ ਮੈਂ ਟਮਾਟਰ, ਪੱਤੇ ਗੋਭੀ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਵਾਂਗੇ, ਠੀਕ ਹੈ ਜੀ।
इस वास्ते पर इन्नी कट लवेंगे तुम वध घट पा सकते हैं। कटिंग तो बाद आप एक कड़ाही ले लवेंगे, कड़ाही के एक बड़ा चमचा तेल का पा लवेंगे जी। जो अपना तेल गर्म हो जाऊगा फिर आप उस अदरक लहसुन का पेस्ट पा लवेंगे। जो अपना अदरक लहसुन का पेस्ट थोड़ा जहा भुन हो जाऊगा फिर आप उस शिमला मिर्च ते प्याज पा देवांगे। तुसी शिमला मिर्च ते प्याज नू 1 to 2 मिनट पकाउना, ठीक है जी। उस तो बाद अगला समान पावांगे इस दे विच। आ तुसी देख सकते हो मैनू तकरीबन 1 to 1.5 मिनट हो चुके हैं, ठीक है जी। फिर आप इस दे विच हल्दी पा देवांगे। मैं हल्दी इस दे विच चमचे का तीजा हिस्सा पाया। फिर आप इस दे विच लून पा देवांगे। लून तुसीं अपने टेस्ट अनुसार वध घट पा सकते हैं। गर्म मसाला इस नूं मिक्स कर देवांगे एक बार चंगी तरह इस दे विच। उस तो बाद आप टमाटर ते हरी मिर्च पा देवे। इस मिर्च का मिक्स कर देवे एक बारी। मिक्स करने तो बाद फिर आप इस पा देवे पत्ता गोभी। पत्ता गोभी ने इसी तरह इस मिक्स कर देवे। तकरीबन तुसी 1 to 1.5 मिनट तुसी इसी तरह पकाउना इसनु। मैनू हुण तकरीबन 1 to 1.5 मिनट हो चुके हैं, ठीक है। तो हुण जो अग दा फ्लेम है बिल्कुल लो कर देवांगे। उस तो बाद आपां इस दे विच पावांगे क्रीम, ठीक है जी। तो क्रीम नू इस दे विच मिक्स कर देवांगे एक बारी। मिक्स करने तो बाद फिर आप इस न्यूडल पा देवे, ठीक है जी। बस फिर आप न्यूडल इस मिक्स कर दूंगा चंगी तरह। अग का सेक तुसी घट रखना, ठीक है जी। इस तरह चंगी तरह मैं इसे मिक्स कर देना इस दे विच। आ तुसी देख सकते हो मैं एन चंगी तरह इसनूं विच इस दे मिक्स करता, ठीक है जी। तो तुसी हल्का जिहा सेक लवा के फिर इसकी गैस कर देनी बंद। आ तुसी देख सकते हो तो अपने न्यूडल हुण बन के बिल्कुल रेडी ने। हुण तुहानूं मैं इन्हां नूं बाहर कढ के दिखाउंदा। आ तुसी देख सकते हो अज मैं किस तरह बनाए ये न्यूडल। बहुत ही टेस्टी बनते हैं। जो तुसी दूजे खाते हो जिस दे विच सोया सॉस पैंदी उस नालों कितने ज़्यादा टेस्टी बनते हैं, ठीक है ना। जे अपने घर दे विच सोया सॉस या विनेगर या दो उस दे विच होर समान पैंदा जे अपने ना होवे, इस तरह तुसी न्यूडल बना सकते हैं। तो थोड़ा मेरी वीडियो किस तरह लगी कमेंट जरूर दस्यो। बहुत बहुत धन्यवाद जी थोड़ा मेरा वीडियो देखने वास्ते। मिलते हैं जी किसी अगली वीडियो दे विच। उस तो बाद अपा प्याज शिमला मिर्च तो टमाटर तो मिर्चा तो पत्ता गोभी। उस तो बाद अपना टमाटर कट लवेंगे। टमाटर तुम पा भी सकते इस ना भी पा सकते। जो थोड़े हूँ है तुम टमाटर इस पा लियो तो इसका खट्टा खट्टा स्वाद बहुत सोहना आ जाता, ठीक है। तो अपना टमाटर भी बरीक बरीक कट लवेंगे। हाँ जी यार
उस तो बाद टमाटर कट लवेंगे ठीक है जी। इसमें भी अपने बरीक बरीक जहाँ कट लेना, ये तुम अपने हिसाब न कट सकते हैं।